ਕੋਈ ਪ੍ਰੋਬਲਮ ਜੀ ਰਜਾਬੰਦੀ ਨਹੀਂ ਹੋਇਆ, ਬਸ ਕੁੜੀ ਕਹਿੰਦੀ ਵੀ ਮੈਨੂੰ ਠੀਕ ਹੈ, ਹੁਣ ਬੱਚੇ ਆਪਣੀ ਮਰਜ਼ੀ ਕਰਦੇ ਨੇ ਭਰਾ। ਇਹ ਜੀ ਮੈਰਿਜ ਹੋਈ ਹੈ, ਲਵ ਮੈਰਿਜ ਕਰਾਈ ਆ? ਹਾਂਜੀ ਹਾਂਜੀ ਹਾਂਜੀ, ਕੋਰਟ ਮੈਰਿਜ। ਅੱਛਾ ਜੀ, ਫਿਰ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਹਰ। ਸੋਸ਼ਲ ਮੀਡੀਆ 'ਤੇ ਹਰ ਰੋਜ਼ ਹੀ ਕੋਈ ਨਾ ਕੋਈ ਵੀਡੀਓ ਜਾਂ ਫੋਟੋ ਵਾਇਰਲ ਹੁੰਦੀ ਰਹਿੰਦੀ ਆ, ਅਤੇ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ 'ਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ 23 ਸਾਲਾਂ ਦੀ ਕੁੜੀ ਦੀਆਂ ਅਤੇ 65 ਸਾਲਾਂ ਦੇ ਬਜ਼ੁਰਗ ਨਾਲ ਹੋਏ ਵਿਆਹ ਦੀਆਂ। ਅਤੇ ਮਾਮਲਾ ਹੈ ਪੰਜਾਬ ਦੇ ਪਿੰਡ ਵਾਲੀਆਂ ਨੇਰ ਕੱਟੂ, ਤਹਿਸੀਲ ਧੁਰੀ ਅਤੇ ਜ਼ਿਲ੍ਹਾ ਸੰਗਰੂਰ ਤੋਂ ਹੈ, ਜਿੱਥੋਂ ਦੇ ਬਜ਼ੁਰਗ ਸ਼ਮਸ਼ੇਰ ਸਿੰਘ ਪੁੱਤਰ ਜਗੀਰ ਸਿੰਘ, ਜਿਨ੍ਹਾਂ ਦੀ ਉਮਰ 65 ਸਾਲ ਦੀ ਹੈ ਅਤੇ ਜਿਨ੍ਹਾਂ ਦਾ ਜਨਮ 8/9/1992 ਹੈ। ਇਸ ਬਜ਼ੁਰਗ ਨਾਲ ਪਿੰਡ ਲੰਗੋਵਾਲ ਦੀ ਨਵਪ੍ਰੀਤ ਸਪੁੱਤਰੀ ਬਧੌਰ ਸਿੰਘ, ਜਿਨ੍ਹਾਂ ਦਾ ਜਨਮ 5/8/1995 ਦਾ ਹੈ, ਅਤੇ ਜਿਸ ਦੀ ਲਵ ਮੈਰਿਜ ਦੀ ਖ਼ਬਰ 65 ਸਾਲਾਂ ਦੇ ਬਜ਼ੁਰਗ ਦੇ ਨਾਲ ਸਾਹਮਣੇ ਆਈ ਹੈ। ਅਤੇ ਬਜ਼ੁਰਗ ਅਤੇ ਇਸ ਦੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਅਤੇ ਦੱਸਿਆ ਜਾ ਰਿਹਾ ਕਿ ਸ਼ਮਸ਼ੇਰ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਸ਼ਮਸ਼ੇਰ ਸਿੰਘ ਨੇ ਇਸ ਲੜਕੀ ਦੇ ਨਾਲ ਲਵ ਮੈਰਿਜ ਕਰਵਾਈ ਹੈ। ਵਾਇਰਲ ਫੋਟੋਆਂ ਨਾਲ ਮੈਰਿਜ ਦੇ ਸਰਟੀਫਿਕੇਟ ਦੀਆਂ ਵੀ ਫੋਟੋਆਂ ਨਾਲ ਹਨ, ਜਿਸ 'ਤੇ ਕਾਲ ਕਰਨ ਤੋਂ ਬਾਅਦ ਰਿਕਾਰਡਿੰਗ ਸਾਹਮਣੇ ਆਈ ਹੈ। ਤਾਂ ਉਹ ਇੱਕ ਝਲਕ ਮਾਰਦੇ ਹਾਂ ਰਿਕਾਰਡਿੰਗ ਦੇ ਵੱਲ। ਹੈਲੋ ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕਿੱਥੋਂ ਬੋਲਦੇ ਬਾਈ ਜੀ? ਅਸੀਂ ਲੰਗੋਵਾਲ ਤੋਂ ਬੋਲਦੇ ਹਾਂ ਬਾਈ। ਬਾਈ ਯਾਰ, ਇੱਕ ਵਟਸਐਪ 'ਤੇ ਫੋਟੋ ਆਈਆਂ ਜੀ ਯਾਰ, 5/8/1995 ਕੁੜੀ ਦਾ ਜਨਮ ਆ ਅਤੇ 8/9/1900। ਹਾਂਜੀ ਹਾਂਜੀ, ਇਹ ਵੀਰੇ ਕਿਵੇਂ ਕੀ ਪ੍ਰੋਬਲਮ ਆ? ਕੋਈ ਪ੍ਰੋਬਲਮ ਜੀ, ਰਜਾਬੰਦੀ ਨਹੀਂ ਹੋਇਆ, ਬਸ ਕੁੜੀ ਕਹਿੰਦੀ ਵੀ ਮੈਨੂੰ ਠੀਕ ਹੈ। ਅੱਛਾ ਜੀ, ਬਾਹਰ ਹੀ ਪੜੀ ਪੁੜੀ ਸੀ। ਅੱਛਾ, ਕੁੜੀ ਨੇ ਕੋਈ ਯਾਰ ਚੱਕਰ ਨਹੀਂ? ਕੁੜੀ ਨੂੰ ਕੋਈ ਚੱਕਰ ਨਹੀਂ? ਕੋਈ ਚੱਕਰ ਨਹੀਂ ਹੈ ਜੀ, ਰਜਾਬੰਦੀ ਨਾਲ ਹੀ ਹੋਇਆ। ਕਿਹੜਾ ਪਿੰਡ ਬਾਈ ਇਹ, ਕਿੱਥੇ ਦੇ ਨੇ? ਹਾਂਜੀ, ਕਿਹੜੇ ਪਿੰਡ ਦੇ ਨੇ ਬਾਈ ਇਹ? ਲੌਂਗਾਵਾਲੀ ਨੇ? ਮੇਰਾ ਪਿੰਡ ਤਾਂ ਲੌਂਗਾਵਾਲਾ ਜੀ, ਉਹਨਾਂ ਦਾ ਪਿੰਡ ਵਾਲੀਆਂ। ਅੱਛਾ ਜੀ, ਵਾਲੀਆਂ ਪਿੰਡ ਦੇ ਨੇ ਜੀ? ਠੀਕ ਹੈ।